काको दे शहीदां नूं समर्पित आरसीएफ इंप्लाई यूनियन द्वारा मजदूर दिवस संबंध च समागम का आयोजन रेल कोच फैक्ट्री कपूरथला च किया गया, जिथे काको दे शहीदां नूं श्रद्धांजलियां दित्तियां गईयां। इस मौके पर आरसीएफ इंप्लाई यूनियन के अहुदेदारां ने मजदूर दिवस से रोशनी पाउंदिआं कहा कि मई 1886 अमरीका के शिकागो शहर च समाजवादी नीतियां के विरोध में मजदूरों ने अंदोलन करदिआं 8 घंटे ड्यूटी ते चंगी तनखा आदि मंगां दी प्राप्ति लई सफल प्रदर्शन किया अते शहादतां दित्तियां सन, जिन्हां बदौलत अज सानू ये अधिकार प्राप्त होए हन। पर भारत सरकार समाजवादी नीतियां अगे झुकदे होए साडी समाजिक सुरक्षा पेंशन दे लाभ नूं 2004 तों बाद भर्ती होए कर्मचारियों तों खोह लिया है। और मैं अज दे मई दिवस दे संबंध विच ये गल कहना चाहुंदा हां कि साडे जिहड़े शहीदां दे सुपने सीगे ਉਹ ਇਸ ਦੇਸ਼ ਦੀ ਵਿਵਸਥਾ ਪਰਿਵਰਤਨ ਦੀ ਗੱਲ ਕਰਦੇ ਸੀ, ਲੇਕਿਨ ਵਿਵਸਥਾ ਪਰਿਵਰਤਨ ਦੀ ਗੱਲ ਨਹੀਂ ਹੋ ਰਹੀ, ਸੱਤਾ ਪਰਿਵਰਤਨ ਦੀ ਗੱਲ ਹੋ ਰਹੀ ਹੈ। ਕਿਉਂਕਿ ਸੱਤਾ ਚਾਹੇ ਕੋਈ ਵੀ ਆ ਜਾਵੇ ਉਹਨੇ ਮਜ਼ਦੂਰਾਂ ਦੀ ਲੁੱਟ ਕਰਨੀ ਹੈ। ਅਗਰ ਅਸੀਂ ਵਿਵਸਥਾ ਪਰਿਵਰਤਨ ਦੀ ਗੱਲ ਕਰਾਂਗੇ, ਵਿਵਸਥਾ ਨੂੰ ਬਦਲਣ ਦੀ ਗੱਲ ਕਰਾਂਗੇ, ਤਾਂ ਇਸ ਦੇਸ਼ ਦੇ ਮਜ਼ਦੂਰਾਂ ਦਾ ਔਰ ਕਿਸਾਨਾਂ ਦਾ, ਆਮ ਵਪਾਰੀਆਂ ਦਾ, ਕਰਮਚਾਰੀਆਂ ਦਾ, ਹੋਰ ਵੀ ਜਿੰਨੇ ਆਮ ਲੋਕ ਹੈ ਉਹਨਾਂ ਦਾ ਸੁਧਾਰ ਹੋ ਸਕਦਾ। ਲੇਕਿਨ ਸਮਾਜ ਦਾ ਜਿਹੜਾ ਬਹੁਤ ਸਾਰੇ ਜਿੰਨੇ ਵੀ ਅੱਜ ਹੋ ਰਹੇ ਆ ਕਤਲੇਆਮ ਹੋ ਰਿਹਾ ਆ ਜਾਂ ਅੱਜ ਦਵਾਇਆ ਜਾ ਰਿਹਾ, ਉਹ ਸਰਕਾਰ ਦੀਆਂ ਨੀਤੀਆਂ ਕਿ ਇਕੱਲੇ ਇਕੱਲੇ ਨੂੰ ਦਵਾਉਣਾ। ਕਿਉਂਕਿ ਅੱਜ ਮੀਡੀਆ ਜਿਹੜਾ ਆ, ਅੱਜ ਜਿਹਨੂੰ ਡੈਮੋਕ੍ਰੇਸੀ ਦਾ ਚੌਥਾ ਥੰਮ ਕਹਿੰਦੇ ਆ, ਉਹ ਵੀ ਅੱਜ ਜਿਹੜਾ ਬਕਾਊ ਬਣ ਚੁੱਕਾ ਹੈਗਾ। ਇਸ ਕਰਕੇ ਸਾਡੀ ਸਰਕਾਰਾਂ ਨੂੰ ਪੁਰਜ਼ੋਰ ਅਪੀਲ ਹੈ, ਅੱਜ ਲੋਕ ਆਮ ਲੋਕਾਂ ਨੂੰ ਵੀ ਅਪੀਲ ਹੈ ਕਿ ਤੁਸੀਂ ਇਸ ਦੇਸ਼ ਦੀਆਂ ਲੋਕ ਮਾਰੂ ਜਿਹੜੀਆਂ ਨੀਤੀਆਂ ਸਰਕਾਰਾਂ ਦੀਆਂ ਚੱਲ ਰਹੀਆਂ ਨੇ ਉਹਨਾਂ ਦੇ ਖਿਲਾਫ਼ ਲਾਮਬੰਦ ਹੋ ਕੇ ਇਸ ਸਮਾਜ ਪਰਿਵਰਤਨ ਦੀ ਜਿਹੜੀ ਵਿਵਸਥਾ ਪਰਿਵਰਤਨ ਦੀ ਲੜਾਈ ਦੇ ਵਿੱਚ ਆਪਣਾ ਯੋਗਦਾਨ ਪਾਉਣ। ਧੰਨਵਾਦ। ਲਾਈ ਯੂਨੀਅਨ ਵੱਲੋਂ ਮਈ ਦਿਵਸ ਦੇ ਸ਼ਹੀਦਾਂ ਨੂੰ, ਸ਼ਿਕਾਗੋ ਦੇ ਸ਼ਹੀਦਾਂ ਨੂੰ ਉਹਨਾਂ ਦੀ ਵਿਚਾਰਧਾਰਾ, ਉਹਨਾਂ ਦੇ ਸੁਪਨਿਆਂ ਤੋਂ ਸੇਧ ਲੈਣ ਦੇ ਲਈ ਅੱਜ ਆਰਸੀਐਫ ਇੰਪਲਾਈ ਯੂਨੀਅਨ ਦੇ ਵੱਲੋਂ ਮਈ ਦਿਵਸ ਨੂੰ ਸਲਾਮ ਕਹੀ ਗਈ ਹੈ। ਲੋਕਾਂ ਨੂੰ ਇੱਕ ਮੈਸੇਜ ਦਿੱਤਾ ਗਿਆ ਅਤੇ ਉਹਦੇ ਤੋਂ ਸੇਧ ਲੈਂਦੇ ਹੋਏ ਦੁਨੀਆ ਭਰ ਦੇ ਮਜ਼ਦੂਰ ਇੱਕ ਹੋ ਜਾਓ ਦੇ ਨਾਅਰੇ ਨੂੰ ਸੰਜੀਵ ਕਰਦੇ ਹੋਏ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੇਸ਼ ਦੇ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਬੇਰੁਜ਼ਗਾਰਾਂ, ਅਧਿਆਪਕਾਂ ਦੇ ਨਾਲ ਇੱਕ ਸਾਂਝਾ ਫਰੰਟ ਬਣਾ ਕੇ ਜਿਹੜੀਆਂ ਸਰਕਾਰ ਦੀਆਂ ਸਾਮਰਾਜੀ ਨੀਤੀਆਂ, ਜਿਹੜੇ ਮਜ਼ਦੂਰਾਂ ਅਤੇ ਮਿਹਨਤਕਸ ਲੋਕਾਂ ਦੇ ਹੱਕ ਹਕੂਕ ਖੋਹੇ ਜਾ ਰਹੇ ਨੇ ਉਹਦੇ ਖਿਲਾਫ਼ ਇੱਕ ਠੋਸ ਸਲਾਮਬੰਦੀ ਕਰਦੇ ਹੋਏ ਇੱਕ ਹਾਕਮਾਂ ਦੇ ਸਾਹਮਣੇ ਇੱਕ ਚੁਣੌਤੀ ਪੇਸ਼ ਕੀਤੀ ਜਾਵੇ। ਜਿਹੜਾ ਜਿਹੋ ਜਿਹਾ ਸਮਾਜ ਸਾਡੇ ਸ਼ਹੀਦ ਮਈ ਦਿਵਸ ਦੇ ਸ਼ਹੀਦ ਸਿਰਜਣਾ ਚਾਹੁੰਦੇ ਜੀ, ਉਸ ਸਮਾਜ ਦੇ ਵੱਲ ਵਧਿਆ ਜਾ। ਹੋਰ ਬੋਲੂ ਇਹ ਹੋਰ ਜਾਗਤੀ ਲੈ ਲਈ ਕਪੂਰਥਲਾ ਤੋਂ ਇੰਦਰਜੀਤ ਸਿੰਘ ਦੀ ਰਿਪੋਰਟ।